दाढ़ी कट के चोरिया पौना बोलिया शर्म तेन नहीं आती तेरे नाल दे पढ़न पोथियां तड़के फिर दे माणा कहती मेरी बोली का मोड़ दें सरदारा। सरदारा ही बोलियां पाउंदियां होंदियां बड़ियां। ਪਰ ਉਹ ਜਿਹੜੀਆਂ ਬੋਲੀਆਂ ਤੂੰ ਇੱਕ ਵਿਆਹ ਦੀ ਗੱਲ ਕਰਦਾ ਸੀ ਵੀ ਅੱਗੇ ਬੋਲੀਆਂ ਪੈਂਦੀਆਂ ਹੁੰਦੀਆਂ ਸੀ, ਉਹ ਕਿਹਦੇ ਵਿਆਹ 'ਚ ਸੀ ਤੇ ਕਿਵੇਂ ਹੋਇਆ ਸੀ? ਉਹ ਪਤਾ ਕਿਹਾ ਸੀ, ਉਹ ਤਾਂ ਮੁੰਡੇ ਖੁੰਡੇ ਸੀ, ਹੁਣ ਬਜ਼ੁਰਗ ਹੋਏ ਗਏ ਆ, ਹੁਣ ਹਾਂ ਹੁਣ ਉਹ ਗੱਲਾਂ ਸੁਣ ਪਾ ਜਾਣੀ ਪਾਉਂਦੀਆਂ ਨਾ। ਨਹੀਂ ਤਾਂ ਵੀ ਸੁਣਾਤਾ ਸੀ ਫਿਰ ਕਿਵੇਂ ਬਣਿਆ ਸੀ? ਹੁਣ ਜਲੇ ਮੈਨੂੰ ਕਰੀ ਜਾਂਦੇ ਆਪਾਂ ਤਾਂ ਚੱਲ ਚੰਗਾ ਜਿਹਾ ਲੱਗਦਾ ਨਾ, ਚੱਲ ਸੁਣਾ ਦਿੰਦੇ ਤੁਹਾਨੂੰ। ਉਹ 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 ਸੁਣਾ ਅਸੀਂ ਪਤਾ ਪਹਿਲੇ ਪਤਾ ਕੀ ਆ, ਅਸੀਂ 13 ਮੁੰਡੇ ਸੀਗੇ। ਹਾਂਜੀ, ਮਾਮਾ ਬੱਕਰੀ ਵਾਲਾ, ਚੰਦ, ਬਹਾਦਰ, ਲੱਛੂ, ਹਾਂਜੀ ਤੁਸੀਂ ਤਾਂ ਬੰਦੇ ਵਾਲੇ। ਅਸੀਂ ਆਪਣੇ ਚਲੇ ਗਏ ਨਾ ਜਹੇਦਾਰਾਂ ਦੇ ਵਿਆਹ। ਠੀਕ ਹੈ ਜੀ, ਸਰਵਣ ਜਹੇਦਾਰ। ਠੀਕ ਹੈ, ਤਾਂ ਇਲਾਵ ਸੌਂਗੇ। ਹਾਂ ਠੀਕ ਹੈ ਜੀ, ਇਹ ਵੀ ਬੇਚਾਰੇ ਨਵੇਂ ਵਿਆਹੇ ਜਿਹਦੇ ਮੇਲਣਾ ਮੁਲਾਂ ਦੀਆਂ ਬੁੜੀਆਂ ਕੁੜੀਆਂ ਬਹੁਤ ਬੋਏ ਸੀਗੀਆਂ ਨਾਲ ਦੇ, ਚਲੋ ਅਸੀਂ ਵੀ ਚਲੇ ਗਏ ਭਜਾਂ ਕੋਲ ਲੱਗ ਗਏ ਸਾਡੀਆਂ ਵੀ ਉੱਥੇ ਗਾਹਾਂ ਗਏ। ਠੀਕ ਉੱਥੇ ਭਰਾਵਾ ਰਿਵਾਜ ਇਹੋ ਜਿਹਾ ਸੀ, ਬੋਲੀ ਆਪਣਾ ਵਾਲਾ ਸੀ, ਅੱਗੇ ਵਾਲਾ ਹੁੰਦਾ ਸੀ ਜੇ ਜਦਾਈ ਪੂਰੀ ਕਰਦੇ ਸੀ, ਹੁਣ ਤਾਂ ਗੁੱਸਾ ਕਰ ਦਿੰਦਾ ਕਿ ਗੁੱਸਾ ਨਹੀਂ ਕਰਦੇ ਤਾਂ ਲੋਕ। ਉਹ ਕੀ ਹੋਇਆ ਉੱਥੇ ਭਰਾਵਾ ਕਰੋ ਤੇ ਉੱਥੇ ਰਵਾਇਤ ਚਿੱਟੀਆਂ ਦਾੜੀਆਂ ਵਾਲੀ ਬੋਲੀਆਂ ਪਾਉਣ। ਹਾਂਜੀ ਹਾਂਜੀ, ਸਾਡਾ ਤਾਏ ਸਰਵਣ ਜਿਹਾ ਤਾਂ ਉਹੜੀ ਬੋਲੀਆਂ ਪਾਵੇ, ਉੱਥੇ ਇੱਕ ਮਹਿਰਾ ਜਾ ਗਿਆ ਤੇ ਇਹ ਹੁਣ ਭਰਜਾਈਆਂ ਨੂੰ ਟਿਕਟ ਨਾ ਦੇਣ, ਭੈਣ ਨੂੰ ਮਹਿਰਾ ਵੀ ਮੇਲਣਾ ਦੀਆਂ ਬੋਲੀਆਂ ਪਾਈ ਜਾਵੇ। ਹਾਂਜੀ ਹਾਂਜੀ, ਤੇ ਚਿੰਤ ਸੀ ਕੁੜੀ, ਉਹ ਕਹਿੰਦੀ ਬਾਈ ਮੈਂ ਆ ਭੈਣ ਕਿਵੇਂ ਆ? ਕਹਿੰਦੀ ਬਾਈ ਆਹ ਨਾ ਜਿਹੜੀ ਮੇਲਣ ਜੀ ਆ ਤੇ ਹੈ ਤਾਂ ਚਲੋ ਆਪਣੇ ਘਰ ਤੋਂ ਗਈ ਆ ਤੇ ਦੋਨੇ ਜੀ ਆ ਇਹ। ਹਾਂਜੀ ਹਾਂਜੀ, ਇਹ ਵਾਰੀ ਨਾਲ ਬੋਲੀਆਂ ਪਾਉਂਦੇ ਆ। ਹਾਂਜੀ, ਇਹ ਕਿਸੇ ਮੇਲ ਗਿਆ ਨੂੰ ਉੱਠਣ ਨਹੀਂ ਦਿੰਦੀ। ਠੀਕ ਹੈ ਜੀ, ਬਾਈ ਜੇ ਇਹਨੂੰ ਮਾੜਾ ਪਿੱਛੇ ਕਰੋ ਨਾ ਫੇਰ ਆ। ਹਾਂਜੀ, ਮੈਂ ਕਿਹਾ ਭੈਣੇ ਆਪਣੀ ਲੱਗਦੀ ਕੀ ਆ? ਹਾਂਜੀ, ਕਹਿੰਦੀ ਲੱਗਦੀ ਕੀ ਆਪਣੀ, ਹੁਣ ਤਾਂ ਆਪਣੀ ਨੂੰਹ ਲੱਗਦੀ ਆ। ਮੈਂ ਕਿਹਾ ਭੈਣੇ ਫੇਰ ਨਹੀਂ। ਹਾਂ, ਕਹਿੰਦੀ ਬਾਈ ਇੱਥੇ ਕੋਈ ਡਰ ਨਹੀਂਗਾ। ਹਾਂਜੀ, ਚੱਕ ਦੇ ਫਟੇ। ਹਾਂਜੀ, ਮੈਂ ਚਲੋ ਕੋਈ ਗੱਲ ਨਹੀਂ ਭਾਈ, ਨਾਨਕੇ ਦਾਦਕੇ ਚ ਮੁਕਾਬਲਾ ਹੋ ਗਿਆ। ਉੱਠਾ ਦੇ ਬੰਦੇ ਵਿਹੜੇ ਚ, ਬੰਦੇ ਦੋ ਵਿਹੜੇ ਚ ਠਾਣਾ ਸਿਉਂਦੇ, ਉਹਦੇ ਮੁਕਾਬਲਾ ਨਾਨਕੇ ਦਾਦਕੇ ਦਾ ਹੋ ਗਿਆ, ਨਾਨਕੇ ਦਾਦਕੇ ਦੇ ਹੋ ਗਿਆ। ਹਾਂਜੀ, ਪਰਾਵਾ ਕੁੜੀ ਬੋਲੀਆਂ ਪਾਵੇ, ਬੋਲੀਆਂ ਕੇ ਪਾਵੇ ਦੋਨੇ ਜੀ। ਹਾਂ, ਨੱਚਦੀ ਕੁੜੀ ਹੋਈ ਨੀ ਜੀ, ਤਾਂ ਬੋਲੀਆਂ ਪਾਉਂਦੇ ਕੱਚ ਚ ਕਾਪੀ ਉਹਦੇ। ਹਾਂਜੀ, ਮੈਂ ਕਿਹਾ ਭੈਣੇ ਚਲੋ ਦੇਖ ਲੈਂਦੇ ਹਾਂ। ਕਹਿੰਦੀ ਬਾਈ ਇਹਨੂੰ ਡੇਗਦੇ ਕਰਾਂ। ਹਾਂਜੀ, ਤੇ ਚਲੋ ਮੇਰਾ ਹੈ ਕਨਾਂ ਦੇ ਚ ਪੰਡਤ ਭਰਿਆ, ਛੋਟੇ ਮੈਂ ਗਿੱਧੇ ਦਾ ਮਾਲਟੀ ਦਾ ਮੋਢੀ ਸੀ। ਠੀਕ ਹੈ ਜੀ, 714 ਬਿਲੇ ਮੇਰੇ ਮੋਜਵਾਂ ਨੇ ਯਾਦ ਸੀ। ਠੀਕ ਹੈ ਜੀ, ਉਹਨੇ ਜਦੋਂ ਬੋਲੀ ਪਾਈ ਚਲੋ ਮੈਂ ਉਹਦੀ ਬੋਲੀ ਦਾ ਜਵਾਬ ਦਿੱਤਾ। ਠੀਕ ਹੈ ਜੀ, ਜਵਾਬ ਮੈਂ ਕਿ ਦਿੱਤਾ, ਮੈਂ ਕਿਹਾ ਚਾਰ ਕਾਪੀਆਂ ਚਾਰੇ ਸਾਪੀਆਂ, ਪੰਜਵੀਂ ਫੇਰ ਛਪਾਵਾਂ, ਬਾਜੇ ਖਾਂਦੇ ਕੋਲੇ ਨਗਰ ਹੈ ਮੇਰਾ, ਨਾਵੇਂ ਡੋਲ ਲਖਾਵਾਂ, ਗਿੱਲਪੱਤੀ ਵਿੱਚ ਘਰ ਹੈ ਮੇਰਾ, ਬਾਰ ਅੱਡੇ ਨੂੰ ਛਾਵਾਂ, ਮੂਹਰੇ ਵਾਰ ਦੇ ਤੋਂ ਕਿੱਕਣਾ ਜਾਉਣੀਆਂ, ਵਾਹ ਜੀ ਵਾਹ, ਪੈਂਦਾ ਉੱਤੇ ਵਾਰ ਦੇ ਪਰਛਾਵਾਂ, ਖੜ ਜੀ ਦਿਲ ਧਰ ਕੇ ਕਰਕੇ ਕਥਾ ਸੁਣਾਵਾਂ, ਵਾਹ ਜੀ। ਉਹਨੇ ਫਿਰ ਮੈਨੂੰ ਮੂਹਰੋਂ ਮੋੜ ਫਿਰ ਦਿੱਤਾ। ਹਾਂਜੀ, ਕਹਿੰਦੀ ਖੱਟਣ ਵਾਲਿਆਂ ਨੇ ਕੀ ਖੱਟ ਲਿਆਂਦਾ? ਖੱਟ ਕੇ ਲਿਆਂਦਾ। ਕਹਿੰਦੀ ਝਾਵਾਂ ਤੇਰੇ ਵਰਗੇ ਦੇ ਤੱਤਾ ਕਰਛਣਾ ਲਾਵਾਂ, ਤੱਤਾ ਕਰਛਣਾ ਲਾਵਾਂ, ਮੈਨੂੰ ਵੀ ਕੋਈ ਗਰਮੈਸ਼ ਜੀ ਚੜ ਗਈ। ਹਾਂਜੀ ਹਾਂਜੀ, ਮੈਂ ਖੱਟਣ ਵਾਲਿਆਂ ਨੇ ਕੀ ਖੱਟ ਲਿਆਂਦੀ? ਖੱਟ ਕੇ ਲਿਆਂਦੀ ਰੇਤੀ, ਹੁਣ ਮੈਂ ਆ ਗਿਆ ਨੀ ਤੇਰਿਆਂ ਦਿਲਾਂ ਦਾ ਭੇਤੀ। ਠੀਕ ਹੈ ਜੀ, ਮੂਡ ਤਾਂ ਹੋ ਗਿਆ ਨਾ, ਬੋਲੀ ਤਾਂ ਆ ਗਿਆ ਨੀ ਯਾਰਾ, ਤੇ ਇੱਥੇ ਜੇ ਫੇਰ ਸਮਝ ਆ ਵੀ ਹੋਰ ਬਣ ਗਿਆ। ਹਾਂਜੀ, ਕਹਿੰਦੀ ਦਾੜੀ ਕੱਢ ਕੇ ਚੋਰਿਆ ਪਾਉਣਾ ਬੋਲੀਆਂ, ਸ਼ਰਮ ਤੈਨੂੰ ਨਹੀਂ ਆਉਂਦੀ ਤੇਰੇ ਨਾਲ ਦੇ ਪੜਨ ਪੋਥੀਆਂ ਤੜਕੇ ਫੇਰਦੇ ਮਾਲਾ, ਕਹਿੰਦੀ ਮੇਰੀ ਬੋਲੀ ਦਾ ਮੋੜ ਦੇਈ ਸਰਦਾਰ। ਸਰਦਾਰਾ ਹੀ ਬੋਲੀਆਂ ਪਾਉਂਦੀਆਂ ਹੁੰਦੀਆਂ ਬੜੀਆਂ। ਹਾਂਜੀ, ਗਰਮੈਸ਼ ਭਰਾਵਾ ਫਿਰ ਥੋੜੀ ਜਿਹੀ ਹੋਰ ਚੜ ਗਈ। ਉਹ ਚੜ੍ਹਨੀ ਸੀ, ਮੈਂ ਕਿਹਾ ਉੱਚੇ ਟਿੱਬੇ ਮੇਰੀ ਬੋਤੀ ਚੜ੍ਹਦੀ, ਨੀਵੇਂ ਕਰਦੀ ਲੇਡੇ, ਤੂੰ ਤਾਂ ਇਹਦੀ ਬੋਤੀ ਮਗਰ ਬਤਾਰੂ, ਵੱਧ ਘੱਟ ਬੋਲੀ ਦਾ ਡਾਂਗ ਪੱਟਾ ਤੇ ਮਾਰੂ। ਵਾਹ ਜੀ ਵਾਹ, ਕਿਆ ਬਾਤ ਭਰਾਵਾ, ਜਿੰਨਾ ਮੇਲ ਗਿਆ ਸੀ ਸਾਰਾ ਖੁਸ਼ ਹੋ ਗਿਆ, ਬੜੀਆਂ ਚੜ੍ਹਦੀਆਂ ਕਲਾ ਹੋ ਗਈਆਂ। ਉਹ ਕਹਿੰਦੀ ਤੂੰ ਤਾਂ ਮੁੰਡੇ ਅੰਬ ਦਾ ਬੂਝਾ, ਮੈਂ ਕੇਲਾ ਬਣ ਜਾਵਾਂ, ਝੁਕ ਸੁਕ ਤੇਰੀ ਲਵਾਂ, ਬਸ ਨਾ ਫਿਰ ਸੁਰਗਾਂ ਨੂੰ ਜਾਵਾਂ, ਤੇਰੇ ਡੁੱਬਦਿਆਂ ਵਿੱਚ ਭਰ ਭਰ ਮੁੱਠਾਂ ਚ ਲਾਵਾਂ। ਠੀਕ ਹੈ, ਵਾਹ ਜੀ ਵਾਹ, ਮੈਂ ਕਿਹਾ ਜੈ ਜੈਕਾਰ ਤੁਹਾਨੂੰ ਹੋ ਗਈ।